ਸਸਿਕਾ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਾਹਿਬ ਠੀਕ ਠਾਕ ਹੋਊਂਗੇ ਕੱਲ ਸਵੇਰੇ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਗਿਆ ਕਿ ਭਾਈ ਅੰਬਰਦਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜੇ ਤੋਂ ਵੀਰ ਕੱਢਣੀ ਲੈ ਕੇ ਜਾਣੀ ਸੀਗੀ ਤਖਤ ਜੀ ਦੇ ਇਸਕਰ ਸਾਹਿਬ ਤੇ ਕੰਡਕ ਪਾਟੀ ਦੀ ਪਾਲਸ ਪਾਉਣੀ ਸੀ ਤਖਤ ਜੀ ਕੇਜਗਰ ਸਾਹਿਬ ਕੱਲ ਸਵੇਰੇ ਉਹਨਾਂ ਦੇ ਪਿੰਡ ਜੱਲੂਪੁਰ ਖੇੜੇ ਦੇ ਵਿੱਚ ਬਹੁਤ ਹੀ ਸਰਕਾਰ ਨੇ ਪੂਰੇ ਪੰਜਾਬ ਦੀ ਪੁਲਿਸ ਜਲੂਪੁਰ ਖੇੜੇ ਭੇਜ ਕੇ ਉਹਨਾਂ ਦੀ ਭੀੜ ਰੋਕ ਦਿੱਤੀ ਤੇ ਭੀੜ ਰੋਕ ਕੇ ਉਹਨਾਂ ਨੂੰ ਜਾਣ ਤੋਂ ਵੀ ਰੋਕਣ ਰੋਕ ਦਿੱਤਾ ਪਤਾ ਨਹੀਂ ਕੀ ਗੱਲ ਆ ਗਈ ਕੀ ਗੱਲ ਬਾਤ ਆ ਗਈ ਪ੍ਰਸ਼ਾਸਨ ਨੂੰ ਡਰ ਪਤਾ ਨਹੀਂ ਕਾਤਾ ਵਗੈ ਵੀ ਜਲੂਪੁਰ ਖੇੜੇ ਤੋਂ ਕਿਹੜੀ ਭੀੜ ਕੱਢਣੀ ਆ ਉਹਦੇ ਵਿੱਚ ਪਤਾ ਨਹੀਂ ਕੀ ਬੰਬ ਗੋਲੇ ਬਾਰੂਦ ਲੈ ਕੇ ਜਾਣਗੇ ਜਲੂਪੁਰ ਖੇੜੇ ਤੇ ਜੋ ਕਿ ਆਪਾਂ ਨੂੰ ਪਹਿਲਾਂ ਵੀ ਪਤਾ ਹੀ ਹੈਗਾ ਕਿ ਮਾਤਾ ਜੀ ਨੇ ਭਾਈ ਅੰਬਰਤਬਾਲ ਸਿੰਘ ਜੀ ਮਾਤਾ ਜੀ ਨੇ ਪਹਿਲਾਂ ਤਾਕਤਸਿਰੀ ਨੰਦਪੁਰ ਸਾਹਿਬੀ ਖੰਡ ਪਾਠ ਆਰੰਭ ਕਰਾਈ ਦੀ ਤੇ ਉਹ ਵੀ ਪੂਰੇ ਸ਼ਾਂਤੀਪੂਰਵ ਹੋਏ ਹੋਏ ਸੀਗੇ ਬਹੁਤ ਵਧੀਆ ਤੇ ਆਰਾਮ ਨਾਲ ਉੱਥੇ ਬਹੁਤ ਸੰਤਾਂ ਪੂਜੀਆਂ ਤੇ ਆਰਾਮ ਨਾਲ ਹੋਏ ਸੀਗੇ ਤੇ ਇਹ ਆਪਾਂ ਨੂੰ ਪਤਾ ਹੀ ਆ ਕਿ ਕੱਲ ਨੂੰ ਅ ਅੱਜ ਦਿਨ 19 ਤਰੀਕ ਨੂੰ ਪਹੁੰਚਣਾ ਸੀ ਤਾਕਤਸਿਰੀ ਕੇਸਗੜ੍ਹ ਜੋ ਕੇ ਪ੍ਰਸ਼ਾਸਨ ਨੇ ਬਹੁਤ ਹੀ ਬਸਾ ਤੇ ਪੂਰੇ ਪੰਜਾਬ ਦੀ ਪੁਲਿਸ ਜੱਲੂਪੁਰ ਖੇੜੇ ਦੇ ਵਿੱਚ ਪਿੰਡ ਸੀਲ ਕਰਤਾ ਜੋ ਕਿ ਭਾਈ ਸਾਹਿਬ ਦੇ ਮਾਤਾ ਅਤੇ ਪਿਤਾ ਜੀ ਨੂੰ ਘਰੋਂ ਵਹੀਰ ਕੱਢਣ ਤੋਂ ਰੋਕਿਆ ਤੇ ਨਾਲ ਹੀ ਮੰਤਰੀਵਾਜ ਜੀ ਕੇ ਜੋ ਕਿ ਆਪਾਂ ਨੂੰ ਪਤਾ ਹੀ ਹੈ ਕਿ ਮੰਤਰੀਵਾਜ ਕੇ ਵੀ ਡਿਬਲੂ ਗਰਜੇਰ ਚ ਭਾਈ ਅੰਮਰਤਪਾਲ ਸਿੰਘ ਦੇ ਨਾਲ ਇਹ ਉਹਨਾਂ ਦੇ ਪਿਤਾ ਨੂੰ ਵੀ ਕੱਲ ਖੇਤ ਦੇ ਵਿੱਚੋਂ ਜ਼ਮੀਨ ਪਾਉਂਦੇ ਪੱਠੇ ਲੈਣ ਗਿਆ ਨੂੰ ਚੱਕ ਕੇ ਲੈ ਗਈ ਪੁਲਿਸ ਥਾਣੇ ਦੇ ਵਿੱਚ ਉਹਨਾਂ ਨੂੰ ਵੀ ਕਹਿਦੀ ਕਿ ਸੌਵਾਂ ਨੂੰ ਛੱਡਾਂਗੇ ਅੱਜ ਐਤਵਾਰ ਅੱਜ ਵੀਰ ਤੱਕਣੀ ਸੀਗੀ ਤੇ ਅੱਜ ਸਵੇਰੇ ਕੱਲ ਕੱਲ ਸਹਿਤ ਨੇ ਸੌਰੀ ਕੱਲ ਰਾਤ ਜਸਕਰਨ ਸਿੰਘ ਕਾਲ ਸਿੰਘ ਉਹਨਾਂ ਨੇ ਪੋਸਟ ਪਾਈ ਸੀ ਸ਼੍ਰੋਮਣੀ ਅਕਾਲੀ ਦਰ ਅੰਬਰਸਰ ਫਤਿਹ ਦੀ ਪਾਰਟੀ ਤੋਂ ਜੋ ਜਸਕਰਨ ਸਿੰਘ ਕਾਲ ਸਿੰਘ ਆਲਾ ਮੇਨ ਪ੍ਰਧਾਨ ਨੇ ਉਹਨਾਂ ਨੇ ਪੋਸਟ ਪਾਈ ਸੀ ਕਿ ਕੱਲ ਨੂੰ ਆਪਾਂ ਦਿਨ ਐਤਵਾਰ 19 ਤਰੀਕ ਸਵੇਰੇ 4 ਵਜੇ ਸਿੱਤਾ ਤਸਵੀ ਕੀ ਸਿਗਰ ਸਾਹਿਬ ਨੂੰ ਚਾਲੇ ਪਾਵਾਂਗੇ ਤੇ ਜੋ ਕਿ ਜਿਵੇਂ 4 ਵਜੇ ਚਾਲੇ ਤੱਕ ਸੀ ਕੇਸ਼ਕਰ ਸਾਹਿਬ ਨੂੰ ਸ੍ਰੋਣੀ ਅਕਾਲੀ ਦਰਬਾਰ ਪ੍ਰਸ਼ਰ ਫਤੇ ਨੇ ਪਾਉਣੇ ਸੀ ਉਹਨਾਂ ਦੇ ਵਿੱਚ ਸਰਦਾਰ ਜਸਕਰਨ ਸਿੰਘ ਕਾਂਤ ਸਿੰਘ ਵਾਲਾ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦਾ ਘਰ ਵੀ ਸ਼ੀਲ ਕਰਤਾ ਉਹਨਾਂ ਦੇ ਘਰੇ ਵੀ ਪੁਲਿਸ ਨੇ ਰੇਡ ਕਰਤੀ ਹੈ ਤੇ ਉਹਨਾਂ ਨੂੰ ਵੀ ਜਾਣ ਤੋਂ ਰੋਕਣ ਨੂੰ ਕਿਹਾ ਗਿਆ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਗਿਆ ਜੋ ਕਿ ਜਸਕਰਨ ਸਿੰਘ ਕਾਂਨਾਰ ਸਿੰਘ ਵਾਲਾ ਪੂਰੀ ਪਾਰਟੀ ਦੇ ਨਾਲ ਤੱਕ ਸ੍ਰੀ ਕੇਸ਼ਕਰ ਸਾਹਿਬ ਅੱਜ ਬਹੁਤ ਭਾਰੀ ਇਕੱਠ ਕੰਨ ਜਾ ਰਹੇ ਸੀ ਉਹਨਾਂ ਨੂੰ ਵੀ ਜਾਣ ਤੋਂ ਰੋਕਣ ਆ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਡਰ ਆਗਾ ਕੀ ਗੱਲ ਆ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਗੱਲ ਆ ਸਿੱਖਾਂ ਤੋਂ ਪਤਾ ਨਹੀਂ ਇੰਨਾ ਕਾਦਾ ਡਰ ਆਗਾ ਜੋ ਕਿ ਆਪਾਂ ਪਿਛਲੀ ਵਾਰ ਵੀ ਦੇਖਿਆ ਜੀ ਬਗੇਸ਼ਵਰ ਵਾਲਾ ਇੱਕ ਬਾਬਾ ਸੀਗਾ ਉਹਨੇ ਵੀ ਆਪ ਦਾ ਹਨਾ ਕੱਢਿਆ ਸੀਗਾ ਕੀ ਕਹ ਦਿੰਦੇ ਉਹਨਾਂ ਨੂੰ ਉਹਨੇ ਵੀ ਆ ਆਪ ਦਾ ਕੱਢਿਆ ਸੀਗੀ ਸ਼ੋਭਾ ਯਾਤਰਾ ਉਹਨੂੰ ਦੇਖੋ ਕੋਈ ਰੋਕ ਟੋਕ ਨਹੀਂ ਸੀਗੀ ਹਨਾ ਕਿਵੇਂ ਮਰਜੀ ਉਹ ਕੱਢਿਆ ਸੀਗਾ ਤੇ ਸਿੱਖਾ ਨਾਲ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਗੱਲ ਆ ਗਈ ਤੇ ਸਰਕਾਰ ਨੂੰ ਵੀ ਪਤਾ ਨਹੀਂ ਕਾਹਦਾ ਡਰ ਆ ਵੀ ਸੁੱਖਾ ਤੋਂ ਇੰਨਾ ਡਰ ਕਾਤੋਂ ਲੱਗਦਾ ਵਗਾ ਪ੍ਰਸ਼ਾਸਨ ਨੂੰ ਵੀ ਫੱਕੀ ਆਪਦੀ ਰੈਕਮੈਂਟ ਵਿੱਚ ਜ਼ਰੂਰ ਦਿਓ ਜੀ ਧੰਨਵਾਦ ਮੈਂ ਤੁਹਾਡਾ ਆਪਣਾ ਗੁਰਮ ਸਿੰਘ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ